ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਕਸਬਾ ਅਪਰਾ ਦੇ ਨਜ਼ਦੀਕ ਪਿੰਡ ਔੜ ਉੜਾਪੜ ਵਿਖੇ ਅਵਾਰਾ ਪਸ਼ੂਆਂ ਤੋਂ ਪਰੇਸ਼ਾਨ ਲੋਕਾਂ ਨੇ ਫਿਲੌਰ ਤੋਂ ਨਵਾਂ ਸ਼ਹਿਰ ਰੋਡ ਤੇ ਜਾਮ ਲਗਾ ਕੇ ਪ੍ਰਸ਼ਾਸਨ ਖਿਲਾਫ ਆਪਣਾ ਗੁੱਸਾ ਜ਼ਾਹਿਰ ਕੀਤਾ। ਇਸ ਮੌਕੇ ਤੇ ਵੱਖ ਵੱਖ ਪਿੰਡਾਂ ਦੇ ਕਿਸਾਨ ਅਵਾਰਾ ਪਸ਼ੂਆਂ ਨੂੰ ਫੜ ਕੇ ਆਪਣੇ ਨਾਲ ਲਿਆਏ ਹੋਏ ਸਨ। ਅਵਾਰਾ ਪਸ਼ੂਆਂ ਤੋਂ ਦੁਖੀ ਕਿਸਾਨਾਂ ਨੇ ਇਸ ਵਾਰ ਅਵਾਰਾ ਪਸ਼ੂਆਂ ਨੂੰ ਰੋਡ ਤੇ ਬੰਨ ਕੇ ਰੋਡ ਜਾਮ ਕੀਤਾ। ਇਕੱਠੇ ਹੋਏ ਧਰਨਾਕਾਰੀਆਂ ਨੇ ਕਿਹਾ ਕਿ ਭਾਰਤ ਸਰਕਾਰ ਉਹਨਾਂ ਤੋਂ ਬਿਜਲੀ ਦੇ ਬਿੱਲਾਂ ਰਾਹੀਂ ਗਊ ਸੈਸ ਲੈ ਰਹੀ ਹੈ, ਪਰ ਫਿਰ ਵੀ ਇਹ ਅਵਾਰਾ ਪਸ਼ੂ ਉਹਨਾਂ ਦੀ ਫਸਲ ਦਾ ਬੇਹੱਦ ਨੁਕਸਾਨ ਕਰ ਰਹੇ ਨੇ, ਜਿਸ ਕਾਰਨ ਉਹਨਾਂ ਨੂੰ ਦੋਹਰੀ ਮਾਰ ਝੇਲਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਅਵਾਰਾ ਪਸ਼ੂ ਸੜਕੀ ਹਾਦਸਿਆਂ ਨੂੰ ਵੀ ਸੱਦਾ ਦੇ ਰਹੇ ਨੇ ਅਤੇ ਬਹੁਤ ਸਾਰੀਆਂ ਇਨਸਾਨੀ ਜਾਨਾਂ ਇਹਨਾਂ ਅਵਾਰਾ ਪਸ਼ੂਆਂ ਕਾਰਨ ਮੌਤ ਦੀ ਆਗੋਸ਼ ਵਿੱਚ ਸਮਾ ਚੁੱਕੀਆਂ ਨੇ। 2 ਘੰਟੇ ਲਗਾਏ ਇਸ ਧਰਨੇ ਦੌਰਾਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ, ਜਿਸ ਕਾਰਨ ਵਾਹਨ ਚਾਲਕਾਂ ਦੇ ਨਾਲ ਨਾਲ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਆਪਣਾ ਬਿੱਲਾਂ 'ਚ ਵੀ ਦਿੰਦੇ ਹਾਂ, ਹੋਰ ਵੀ ਸਾਨੂੰ ਟੈਸ ਕਰਾਉਂਦਾ, ਇਹਨਾਂ ਬਾਰੇ ਕੋਈ ਨਹੀਂ ਕੁਛ ਹੋ ਸਕਦਾ। ਸਾਡੀ ਮੰਗ ਇਹ ਆ ਵੀ ਇਹਨਾਂ ਦੀ ਜਿਹੜੀਆਂ ਗਾਈਆਂ ਇਹ ਜਿੱਦਾਂ ਮੱਝਾਂ ਝੋਟੇ ਜਾਂਦੇ ਇਹ ਵੀ ਖਤਮ ਹੋਣੀਆਂ ਚਾਹੀਦੀਆਂ। ਮੇਰੀ ਮੰਗ ਤਾਂ ਇਹ ਆ, ਆਹੋ ਐਕਸੀਡੈਂਟ ਹੁੰਦੇ ਆ ਰਸਤਿਆਂ ਦੇ ਵਿੱਚ, ਲੋਕ ਕਿਸੇ ਦਾ ਮੋਟਰਸਾਈਕਲ ਕਿਸੇ ਦੀ ਗੱਡੀ ਵੱਜਦੀ ਆ। ਸਾਡੀ ਮੰਗ ਹੈ ਜੀ, ਜਿਹੜੇ ਅਵਾਰਾ ਪਸ਼ੂ ਇਹ ਹਵਾ ਗਾਉਣ ਘੁੰਮ ਰਹੇ ਆ, ਹਾਂਜੀ, ਕਣਕਾਂ ਸਾਡੀਆਂ ਖਾ ਲਈਆਂ ਜ਼ਿਮੀਦਾਰਾਂ ਦੀਆਂ, ਪੱਠੇ ਖਾ ਲਏ, ਛੱਡਿਆ ਕੱਖ ਨਹੀਂ ਹੈ। ਜਿਹੜੇ ਜ਼ਿਮੀਦਾਰ ਬੰਦੇ ਇਹਨਾਂ ਦੀਆਂ ਮੌਤਾਂ ਹੋ ਰਹੀਆਂ ਸੜਕਾਂ ਦੇ ਉੱਤੇ ਹੋ ਰਹੀਆਂ, ਕੋਈ ਚੱਕਦਾ ਨਹੀਂ, ਕਦੀ ਕਿਸੇ ਨੂੰ ਮਾਰ ਦਿੱਤਾ, ਕਦੀ ਕਿਸੇ ਨੂੰ ਮਾਰਦਾ। ਪ੍ਰਸ਼ਾਸਨ ਅੰਨਾ ਹੋ ਰਿਹਾ, ਇਹਨਾਂ ਨੂੰ ਨਹੀਂ ਦਿਖਦਾ ਕੁਛ ਵੀ ਵੀ ਕੀ ਇਹ ਹੋ ਰਿਹਾ ਆ। ਜੇ ਇਹਨਾਂ ਦੇ ਬਸ ਦੀ ਕੋਈ ਗੱਲ ਹੈਗੀ ਤਾਂ ਠੀਕ ਆ, ਨਹੀਂ ਤਾਂ ਕੋਈ ਇੱਥੇ ਚੱਕਦਾ ਨੇ ਉੜਾਪੜ ਦੇ ਵਿੱਚ, ਵੱਡਾ ਆਰਾ ਸਾਨੂੰ ਲਾ ਕੇ ਦੇ ਦੇਣ, ਅਸੀਂ ਉਹਨਾਂ ਨੂੰ ਫਿਰ ਚਾੜ ਦਈਏ। ਬਹੁਤ ਆ ਜੀ, ਇੰਨੀ ਸ਼ਰਮ ਹੈਗੀ ਆ, ਮਾੜਾ ਮੋਟਾ ਦੇਖ ਲਓ, ਇੰਨਾ ਬਹੁਤ ਆ, ਹੋਰ ਹੁਣ ਸਾਤੋਂ ਤੁਸੀਂ ਕੀ ਕਹਾਈ ਜਾਣਾ। ਉਧਰ ਧਰਨੇ ਦੀ ਸੂਚਨਾ ਮਿਲਦੇ ਸਾਰ ਹੀ SHO ਔੜ ਗੌਰਵ ਧੀਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। ਉਹਨਾਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਇਸ ਮਸਲੇ ਸੰਬੰਧੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਵੱਡੀ ਗੱਡੀ ਦਾ ਪ੍ਰਬੰਧ ਕਰਨਾ ਪੈਣਾ, ਤਾਂ ਕਿ ਉਹ ਚ ਲੋਡ ਕਰਕੇ ਆਪਾਂ ਭੇਜ ਦਿੰਦੇ ਆ, ਵਰੀ ਨਾ ਕੋਈ ਗੱਲ ਨਹੀਂ। ਇਤੋਂ ਇਲਾਵਾ ਕੋਈ ਹੋਰ ਮੁੱਦਾ ਹੈਗਾ? ਜਿਹੜੇ ਗਊਸ਼ਾਲਾ ਸਰ, ਜਿਹੜੇ ਗਊਸ਼ਾਲਾ ਵਾਲੇ ਵੀ ਹੈਗੇ ਆ, ਉਹਨਾਂ ਦੀ ਆਪਾਂ ਨੂੰ ਗਾਰੰਟੀ ਮਾੜੀ ਵੀ ਹੈ ਨਹੀਂ, ਆਪਾਂ ਛੱਡਿਆ ਨੇ ਆ, ਉਹ ਰਾਤ ਨੂੰ ਕੱਢ ਦਿੰਦੇ ਬਾਹਰ। ਤੁਸੀਂ ਨਹੀਂ ਛੱਡਣ ਜਾਣਾ, ਆਪੇ ਜਾਣਗੇ ਪ੍ਰਸ਼ਾਸਨ ਛੱਡ। ਹਾਂ ਠੀਕ ਆ, ਮੈਂ ਮੰਨਦਾ ਤੁਹਾਡੇ ਦਿਮਾਗ ਤੇ ਨਹੀਂ ਉਹ ਬੋਝ, ਪ੍ਰਸ਼ਾਸਨ ਛੱਡੂਗਾ, ਜਦੋਂ ਪ੍ਰਸ਼ਾਸਨ ਛੱਡੂਗਾ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਊਗੀ। ਠੀਕ, ਉਹ ਗਊਸ਼ਾਲਾ ਤੋਂ ਉਹਨਾਂ ਨੇ ਆਪ ਜ਼ਿੰਮੇਵਾਰੀ ਲੈ ਲੈਣੀ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।